ओए मेरे दंदी ना बट दोवें आ गए देखो ओए 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 मेरे दंदी ना बड्डी ताजी ताजी खबर सुनी आई है जी 2-4 मिनट की खेड है। मोदी साहब कह रहा है भी मेथों नहीं है संभाल होना होता प्रधानमंत्री का मेरे बसों बाहर आ काम ता पिया फड़ला चलिया गया भज गया फड़ी फड़ी मोटू इधर आ ਸ੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਤੇ ਮੈਂ ਹੁਣ ਵੇਖੋ ਕੱਪੜੇ ਕੁੱਪੜੇ ਪਾਏ ਸੀ ਮੈਂ ਵੀ ਲਾਪਰੀ ਉਹਨਾਂ ਨੂੰ ਜਾਣਾ ਸੀ ਮੱਲਾਂ ਵਾਲੇ ਪਰ ਮੈਂ ਜਾ ਨਹੀਂ ਸਕਿਆ ਕਿਉਂਕਿ ਮਤਲਬ ਕਿ ਕੰਮ ਕੁੰਮਾਂ ਪੱਠੇ ਵੱਢਣੇ ਸੀ ਤਾਂ ਕਰਕੇ ਸਿਰਫ ਇਹ ਪੱਠੇ ਵੱਢਣ ਦਾ ਕਰਕੇ ਕਿਉਂਕਿ ਅੱਜ ਪੱਠੇ ਹੈ ਨਹੀਂ ਹੈਗੇ ਅਤੇ ਬੈਟਰੀ ਵੀ ਮੇਰੀ ਹੁਣ ਲੋ ਹੋਣ ਵਾਲੀ ਤਾਂ ਕਰਕੇ ਮੈਂ ਛੇਤੀ ਛੇਤੀ ਬੋਲਦਾ ਪਿਆ ਸਿਰਫ 3% ਬੈਟਰੀ ਆ ਕੈਮਰਾ ਉਹ ਲੈ ਗਏ ਲਾਪਰੀ ਤੂੰ ਨਹੀਂ ਅਤੇ ਆਹ ਦੇਖੋ ਅਜੇ ਇੰਨੇ ਕੁ ਵੱਡੇ ਮੈਂ ਕਿਹਾ ਹਨੇਰਾ ਬਣਾ ਹੋ ਜਾਏ ਕਿਉਂਕਿ ਹੁਣ ਵਾਹਵਾ ਟਾਈਮ ਹੋ ਗਿਆ ਬਸ ਸੂਰਜ ਮਿਟਣ ਹੀ ਵਾਲਾ ਅਤੇ ਚਲੋ ਆਪਾਂ ਛੇਤੀ ਛੇਤੀ ਵੱਢ ਲਈਏ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ ਘਰੇ ਜਾ ਕੇ ਅਤੇ ਮੇਰੇ ਹਿਸਾਬ ਨਾਲ ਹੁਣ ਬੈਟਰੀ ਲੋ ਹੋ ਜਾਣੀ ਬਸ ਬੰਦ ਹੋ ਜਾਣਾ ਮੋਬਾਈਲ ਕਿਉਂਕਿ 2% ਉੱਪਰ ਬੈਟਰੀ ਰਹਿ ਗਈ ਬਸ ਦੋ ਹੀ ਚਲੋ ਗਾਇਸ ਵੱਢ ਲਈਏ ਪੱਠੇ ਫਿਰ ਜਾਂਦੇ ਹਾਂ ਜੇ ਤਾਂ ਬਚੀ ਹੋਈ ਤਾਂ ਮੈਂ ਬਣਾ ਕੇ ਜ਼ਰੂਰ ਜਾਊਂ ਇੱਥੇ ਵੀਡੀਓ ਮੂਵੀ ਬੜੀ ਲਾਪਰੀ ਧੱਕੜ ਲਾਈ ਫਿਰਦਾ ਮੈਂ ਨਹੀਂ ਭਰੇ ਹੋਣਾ ਐਪੀਸੋਡ ਆ ਕਿਹੜਾ ਐਪੀਸੋਡ ਨਾਮ ਕੀ ਆ ਮੂਵੀ ਦਾ ਨਾਮ ਕੀ ਆ ਨਾਮ ਨਹੀਂ ਪਤਾ ਫਿਲਮ ਵੇਖਦਾ ਪਿਆ ਜੇ ਨਾਮ ਹੀ ਨਹੀਂ ਪਤਾ ਫਿਰ ਕੀ ਫਾਇਦਾ ਫਿਲਮ ਵੇਖਣ ਦਾ ਦੇਖਣਾ ਨਾਮ ਕੀ ਆ ਯਾਰ ਇਹ ਤਾਂ ਬੇਇੱਜ਼ਤੀ ਵਾਲੀ ਗੱਲ ਆ ਨਾ ਫਿਰ ਨਾਮ ਪਤਾ ਨੀ ਮੂਵੀ ਵੇਖਦਾ ਫਿਰ ਕਿਹੜੀ ਆਹ ਵਾ ਨਾਮ ਦੇਖ ਲਓ ਗਾਇਸ ਨਾਮ ਡੈਡੀ ਮੋਦੀ ਬਾਰੇ ਕੁਝ ਕਹਿਣਾ ਚਾਹੁੰਦੇ ਆ ਹਾਂ ਲਾਪਰੀ ਕਿਵੇਂ ਕੱਪੜੇ ਲਾਏ ਹੋਏ ਪਹਿਲਾਂ ਇਹ ਦੱਸੀ ਆ ਜਾ ਬੌਸ ਤੇ ਹਲਦੀ ਲਾ ਇੱਕ ਮਿੰਟ ਰੁਕ ਜਾ ਜੀ ਤੇ ਆ ਡੈਡੀ ਮੋਦੀ ਬਾਰੇ ਕੀ ਕਹਿਣਾ ਵਾ ਹਾਂਜੀ ਮੈਂ ਕਹਿਣਾ ਚਾਹੁੰਦਾ ਵੀ ਤਾਜ਼ੀ ਤਾਜ਼ੀ ਖਬਰ ਸੁਣੀ ਆਈ ਹੈ ਜੀ 2-4 ਮਿੰਟ ਦੀ ਖੇਡ ਆ ਮੋਦੀ ਸਾਹਿਬ ਕਹਿ ਰਿਹਾ ਵੀ ਮੇਥੋਂ ਨਹੀਂ ਇਹ ਸੰਭਾਲ ਹੋਣਾ ਉਹਦਾ ਪ੍ਰਧਾਨ ਮੰਤਰੀ ਦਾ ਮੇਰੇ ਵੱਸੋਂ ਬਾਹਰ ਆ ਕੰਮ ਮੈਂ ਨਹੀਂ ਇਹ ਕਾਨੂੰਨ ਵੀ ਮੇਥੋਂ ਸੂਦ ਨਹੀਂ ਆਉਣ ਡਿਆ ਕੰਮ ਤਾਂ ਕਿਸਾਨ ਆਪ ਹੀ ਸੰਭਾਲ ਲਓ ਮੈਂ ਉਹਦਾ ਛੱਡ ਦਿੰਦਾ ਮੈਂ ਉੱਚੇ ਦਰਖਤ 'ਤੇ ਚੜ੍ਹ ਜਾਣਾ ਮੈਂ ਜਿੱਥੋਂ ਮੈਨੂੰ ਲਾਭ ਹੁੰਦਾ ਉੱਚੇ ਦਰਖਤ 'ਤੇ ਚੜ੍ਹ ਜਾਣਾ ਤਾਂ ਪਵਿੱਟਾ ਮਾਰੀ ਗਿਆ ਮੈਂ ਨਹੀਂ ਉਤਰਨਾ ਥੱਲੇ ਮੈਂ ਉਹਦਾ ਹੀ ਛੱਡਤਾ ਬਸ ਪ੍ਰਧਾਨ ਮੰਤਰੀ ਕਿਸਾਨੋਂ ਵੀ ਆਪਦਾ ਤੁਸੀਂ ਆਪ ਹੀ ਪ੍ਰਧਾਨ ਮੰਤਰੀ ਸੰਭਾਲੋ ਆਪਦਾ ਵਧੀਆ ਵੈ ਛੱਡ ਹੀ ਦਵੇ ਮੇਥੋਂ ਵੀ ਨਹੀਂ ਸੰਭਾਲ ਹੁੰਦਾ ਪ੍ਰਧਾਨ ਮੰਤਰੀ ਹੈ ਕਵੜਾ ਹੀ ਆ ਪ੍ਰਧਾਨ ਮੰਤਰੀ ਆਪਣਾ ਹਾਂ ਵਧੀਆ ਗੱਲ ਆ ਛੱਡ ਦੇਣੇ ਸੋ ਬਹੁਤ ਵਧੀਆ ਗੱਲ ਆ ਕੰਮ ਨਿਬੜੇ ਵਧੀਆ ਸਰ ਵੱਡੇ ਕਿਸਾਨਾਂ ਦੇ ਹੱਥ ਸਾਰਾ ਕੁਝ ਆ ਜਾਏ ਜੋ ਮਰਜ਼ੀ ਆਪਦਾ ਕਰ ਲੈ ਚਲੋ ਲਾਪਰੀ ਲਾ ਦੇ ਫਿਰ ਹਲਦੀ ਹਾਂ ਆਇਆ ਹਾਂ ਇਧਰ ਦੇਖੋ ਗਾਇਸ ਆ ਜਿਹੜਾ ਹੈਗਾ ਨਾ ਬੌਸ ਜਿਹਨੂੰ ਅਸੀਂ ਕਹਿੰਦੇ ਮੋਟਾ ਵਿਚਾਰਾ ਤੇ ਇਹਦੇ ਨਾ ਜਿਵੇਂ ਹੁਣ ਚੁੰਗ ਚੁੰਗ ਕੇ ਥੱਲੇ ਜ਼ਖਮ ਕਰਤੇ ਦੰਦ ਮਾਰ ਮਾਰ ਕੇ ਕਿਉਂਕਿ ਇਹਨਾਂ ਦੀ ਮਾਂ ਤਾਂ ਹੈ ਨਹੀਂ ਗੀ ਤੇ ਥੱਲੇ ਦੇਖੋ ਇਹਨਾਂ ਦੇ ਕੀ ਬਣਾਤਾ ਵਾ ਉਹ ਵੇਖੋ ਜ਼ਖਮ ਜਿਹਾ ਤੇ ਹਲਦੀ ਲਾਉਣ ਲੱਗਾ ਲਾਪਰੀ ਚੱਲ ਆ ਦੇ ਹਲਦੀ ਦੇਖੋ ਵਿਚਾਰੇ ਦਾ ਬਾਹਲਾ ਹੀ ਬੁਰਾ ਹਾਲ ਕੀਤਾ ਪਿਆ ਫੜਲਾ ਚਲਿਆ ਗਿਆ ਭੱਜ ਗਿਆ ਫੜੀ ਇੱਧਰ ਆ ਦੇਖੋ ਹੁਣ ਉਹਦੇ ਹੱਥ ਲਾਇਆ ਸੀ ਨਾ ਤਲਾ ਹੁਣ ਹੱਥ ਧੋਂਦਾ ਪਿਆ ਚੰਗੀ ਤਰ੍ਹਾਂ ਮਾਲਚ ਕਰ ਲਾ ਜਰਮਸ ਨਿਕਲ ਜਾਣ ਚੰਗੀ ਤਰ੍ਹਾਂ ਮਾਲ ਦੇ ਸੁਣ ਆਪਾਂ ਜਿਮ ਲਾਉਣੀ ਆ ਹੁਣ ਘਰੇ ਹਾਂ ਲਾਵਾ ਗਾਇਸ ਬੜਾ ਚਿਰ ਹੋ ਗਿਆ ਜਿਮ ਨਹੀਂ ਲਾ ਸਕੇ ਹਾਂ ਜਿਮ ਲਾਉਣ ਦੇ ਵੇ ਹੋ ਗਏ ਆ ਸਾਨੂੰ 15 20 ਦਿਨ ਬਹੁਤ ਚਿਰ ਹੋ ਗਿਆ 15 20 ਦਿਨ ਹੋ ਗਿਆ ਮੇਰੇ ਹਿਸਾਬ ਨਾਲ ਉਹ ਤੋਂ ਵੀ ਉੱਪਰ ਹੀ ਹੋ ਗਏ ਆ ਉਹ ਵੀਡੀਓ ਕੱਢ ਕੇ ਰੱਖੀ YouTube ਤੋਂ ਪਤਾ ਲੱਗ ਗਿਆ ਨਾ ਆਪਾਂ ਨੂੰ ਇੰਨੇ ਦਿਨ ਹੋ ਗਏ ਜਿਮ ਲਾਉਂਦੇ ਨੂੰ ਓ ਜਦੋਂ ਮੋਟੇ ਦਾ ਢਿੱਡ ਦੀ ਬਣਾਉਂਦੇ ਸੀ ਉਸ ਤੋਂ ਬਾਅਦ ਉਹ ਆਪਾਂ ਗਏ ਹੀ ਨਹੀਂ ਆਹੋ ਉਦੋਂ ਦਾ ਹੀ ਆ ਇਦਾਂ ਮੈਂ ਵੇਖਦਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ 551ਵਾਂ ਗੁਰਪੁਰਬ ਦਿਵਸ ਦੀਆਂ ਲੱਖ ਲੱਖ ਵਧਾਈਆਂ ਅਤੇ ਅੱਜ ਆਪਾਂ ਸਵੇਰੇ ਸਵੇਰੇ ਨਹਾ ਧੋ ਕੇ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਪਕੌੜਿਆਂ ਦਾ ਲੰਗਰ ਆ ਜੀ ਪਹਿਲਾਂ ਤੁਹਾਨੂੰ ਆਪਾਂ ਨਾਲੋਂ ਨਾਲ ਹੀ ਵਿਖਾਈ ਚੱਲਦੇ ਹਾਂ ਕੀ ਹੈ ਹਾਂਜੀ ਆਹ ਦੇਖੋ ਜੀ ਹਾਂਜੀ ਜੀ ਇੱਥੇ ਹੁਣ ਖਾ ਨਹੀਂ ਹੁੰਦਾ ਤਾਂ ਪਾਇਆ ਕਿਉਂ ਸੀਗਾ ਇੰਨਾ ਮੈਨੂੰ ਤੇ ਇਹਦੀ ਨਹੀਂ ਸਮਝ ਆਉਂਦੀ ਕਹਿੰਦਾ ਮੂੰਹ ਥੱਕ ਗਿਆ ਖਾਂਦੇ ਖਾਂਦੇ ਦੀ ਹੈਂ ਕਾਹਤੋਂ ਪਾਇਆ ਸੀ ਇੰਨਾ
ਆਇਆ ਤੂੰ ਖਾਣਾ ਨਾਲ ਕਾਕਾ ਇੱਕ ਰਸਮ ਆ ਸਮਝ ਗਿਆ ਪੂਰਾ ਖਾਣਾ ਵਾ ਐ ਨੂੰ ਜੋ ਵੀ ਸਫਾਈ ਹੈ ਨਾ ਨਹੀਂ ਤੇ ਬਾਬਿਆਂ ਨੇ ਬਾ ਕੇ ਖਵਾਉਣਾ ਹੀ ਤੈਨੂੰ ਕੋਈ ਨਹੀਂ ਮਨਜੀਤਾ ਕਹਿੰਦਾ ਮੇਰੀ ਨਾ ਬਣਾ ਚਲੋ ਜੀ ਆਪਾਂ ਆ ਗਏ ਗੁਰਦੁਆਰੇ ਹੋ ਕੇ ਲੰਗਰ ਲੁੰਗਰ ਖਾ ਕੇ ਤੇ ਡੈਡੀ ਨੇ ਖਾਧੇ 20 ਪਰੌਠੇ ਤੇ ਲਾਪਰੀ ਨੇ ਖਾਧੇ 25 ਪਰੌਠੇ ਹਾਂ ਲਾਪਰੀ ਬਈ ਪਹਿਲਾਂ ਗੱਲ ਸੁਣ ਮੇਰੀ ਲੰਗਰ ਤਾਂ ਹੈ ਹੀ ਨਹੀਂ ਉੱਥੇ ਪਕੌੜਿਆਂ ਦਾ ਲੰਗਰ ਤੇ ਚਾਹ ਦਾ ਲੰਗਰ ਹੈ ਤਾਂ ਲੰਗਰ ਹੀ ਨਾ ਤੂੰ ਪਹਿਲਾਂ 20 ਪਰੌਠੇ ਖਾਧੇ ਨਹੀਂ ਨਹੀਂ 20 ਪਕੌੜੇ ਖਾਧੇ 20 ਪਕੌੜੇ ਵੀ ਨਹੀਂ ਖਾਧੇ ਪਕੌੜੇ 10 ਕੁ ਖਾ ਹੁੰਦੇ ਆ ਹੁਣ ਤੂੰ ਭੱਜਣਾ ਭੱਜੀ ਜਾ ਫਿਰ ਹੁਣ ਨਹੀਂ ਭਾਈ ਤਾਂ ਲਾਪਰੀ ਇੱਧਰ ਦੇਖੋ ਦਾਂਤ ਬਾਕੀ ਤੇ ਛੋਟੇ ਛੋਟੇ ਬੱਚਿਆਂ ਨੂੰ ਦੇਖੋ ਆਹ ਤੇ ਇਹਦੇ ਪਿੱਛੇ ਹੀ ਲੱਗਾ ਰਹਿੰਦਾ ਜਿਹੜਾ ਕਾਲਾ ਜਿਹਾ ਵਾ ਕੱਢਣ ਵਾਲੀ ਵੱਟਾ ਨਹੀਂ ਆਇਆ ਨੀ ਬਾਹਰ ਲਿਆ ਮੈਂ ਲਿਆਵਾਂ ਨਹੀਂ ਵੇਲਾ ਮੱਝ ਜੀ ਨੀ ਤਾਂ ਜਾ ਛੇਤੀ ਚੱਕ ਚੱਲ ਵਧੀਆ ਕੀਤਾ ਸਾਨੂੰ ਜਿਮ ਲਾਉਂਦੇ ਹੋਏ ਕਾਫੀ ਚਿਰ ਹੋ ਗਿਆ ਤੇ ਹੁਣ ਇਹਦਾ ਵਿਚਾਰੇ ਦਾ ਘਰੇ ਹੀ ਲਾਉਣ ਨੂੰ ਜੀ ਕਰ ਪਿਆ ਵਿਚਾਰੇ ਦਾ ਕਿਉਂਕਿ ਜਾਇਆ ਨਹੀਂ ਗਿਆ 15-20 ਦਿਨਾਂ ਤੋਂ ਯਾਰ ਮਿਆਉਂ ਮਿਆਉਂ ਕਰਦੀ ਨੂੰ ਇੱਕ ਘੰਟਾ ਹੋ ਗਿਆ ਵਾ ਮੈਂ ਕਿਹਾ ਚੱਲ ਪਾ ਹੀ ਦਈਏ ਮੈਂ ਕਿਹਾ ਮੋਟਰਸਾਈਕਲ ਥੱਲੇ ਬੈਠੀ ਲਾਪਰੀ ਲਿਆ ਦੇ ਯਾਰ ਇਹਨੂੰ ਹਾਂ ਵੇ ਲਿਆਈ ਆ ਮੰਮੀ ਆਇਆ ਲਿਆ ਮੜਾ ਆ ਬੜੇ ਚਿਰ ਦੀ ਬੋਲਦੀ ਪਈ ਆ ਆ ਪਾ ਦੇ ਹੁਣ ਖੁਸ਼ ਆ ਦੇਖੋ ਗਾਇਸ ਯਾਰ ਇਹਨੂੰ ਕਹੋ ਕਿ ਮੇਰਾ ਮੋਬਾਈਲ ਦੇ ਦੇਵੇ ਆ ਵੇਖ ਕਦੋਂ ਦੀ ਲੱਗੀ ਹੋਈ ਆ ਬਿੱਗ ਬੌਸ ਵੇਖਣ ਰਾਜੀ ਮੇਰਾ ਮੋਬਾਈਲ ਦੇ ਦੇ ਬਸ ਕਰ ਜਾ ਹੁਣ ਬੜਾ ਚਿਰ ਹੋ ਗਿਆ ਬਿੱਗ ਬੌਸ ਵੇਖਦੀ ਪਈ ਤੂੰ ਦੇ ਦੇ ਵੇਲਾ ਹੁਣ ਮੈਂ ਵੀ ਨਹੀਂ ਇੱਥੋਂ ਜਾਣਾ ਦੇ ਦੇ ਵੇਲਾ ਆ ਵੇਖੋ ਯਾਰ ਬਿੱਗ ਬੌਸ ਯਾਰ ਕੀ ਤੰਗ ਇੱਥੇ ਬਾਹਰ ਕੱਢਿਆ ਹੈਂ ਆ ਕਾਹਤੋਂ ਬਾਹਰ ਕੱਢਿਆ ਵਿਚਾਰੇ ਦੀ ਬੋਡੀ ਸੁੱਕ ਗਈ ਆ ਵੇਖਣ ਜਿਮ ਲਾਉਣ ਲੱਗਾ ਇਹਨਾਂ ਰੱਸਿਆਂ ਨਾਲ ਵੀ ਹੁਣ ਲੱਗ ਜੂਗੀ ਤੇ ਹੋਰ ਕੀ ਆ ਸੁੱਕ ਹੀ ਗਈ ਆ ਵਿਖਾ ਹਾਂ ਤੇ ਪੱਲੇ ਵੀ ਕੀ ਇਹਦੇ ਹੈਂ ਕੋਈ ਬੋਡੀ ਨਹੀਂ ਰਹਿ ਗਈ ਇੱਕ ਹਫ਼ਤਾ ਦੇ ਦਿਓ ਮੈਨੂੰ ਕਾਕਾ ਤੂੰ ਰੋਟੀਆਂ ਖਾਣ ਜੋਗਾ ਜਿਮ ਲਾਉਣ ਜੋਗਾ ਨਹੀਂ ਹੈਗਾ ਰੱਜੀ ਵੇਖੋ ਲੁੱਕ ਗਈ ਰੱਜੀ ਨੇ ਸ਼ੋਲ ਹੀ ਬਲੇਟ ਲਿਆ ਕਿਤੇ ਮੇਰੀ ਵੀਡੀਓ ਨਾ ਬਣ ਜੇ ਹੈਂ ਬਾਹਲਾ ਹੀ ਆ ਵੇਖੀ ਇੰਨਾ ਡਰ ਕੀ ਹੋ ਗਿਆ ਉਹ ਲੜ ਪਏ ਕੀ ਹੋਇਆ ਏ ਕੀ ਕਾਹਤੋਂ ਲੜਦੇ ਪਏ ਇਹਨਾਂ ਦੀ ਲੜਾਈ ਹੋ ਗਈ ਉਹਨੂੰ ਬਾਹਰ ਖਿੱਚਣ ਡਿਆ ਉਹ ਕਾਹਤੋਂ ਅੰਦਰ ਵੜੀ ਆ ਬੇਸਬਾਲ ਕੀ ਕਾਹਤੋਂ ਲੜਾਈ ਹੋਈ ਤੁਹਾਡੀ ਉਹ ਯਾਰ ਟੀਵੀ ਨਹੀਂ ਵੇਖਣ ਦਿੰਦੀ ਮੈਨੂੰ ਬਾਹਰ ਨਿਕਲ ਗਈ ਫੇਰ ਵੜ ਗਈ ਲੈ ਬਚ ਗਈ ਮੈਂ ਇੱਥੇ ਰੱਖੀ ਡਿੱਗ ਚੱਲੀ ਐ ਹੋ ਗਈ ਚਾਹ ਬਚ ਗਈ ਇੱਥੋਂ ਤਿਲ ਚਲੋ ਗਾਇਸ ਹੁਣ ਆਪਾਂ ਵੀਡੀਓ ਦਾ ਐਂਡ ਕਰਨ ਲੱਗੇ ਹਾਂ ਅਤੇ ਅੱਜ ਗੁਰਪੁਰਬ ਆ ਅਤੇ ਰੱਜੀ ਹੁਣੀ ਅੱਜ ਬਣਾਉਣ ਲੱਗੀਆਂ ਸੀਗਾ ਟੋਸਟਰ ਅਤੇ ਹੋਰ ਕੀ ਆ ਬਣਾਉਣ ਲੱਗੇ
खत्म कर लगे देखो ਕਿੰਨਾ ਟਾਈਮ ਹੋ ਗਿਆ ਹੈ ਵਿਖਾ ਦਾਸੀ ਮਿਕਸ ਕਰ ਲਾ ਸਾਰੇ ਨੂੰ ਟਾਈਮ ਤਾਂ ਕਾਕਾ ਬਣਾ ਹੋ ਚਲੋ ਗਾਇਸ ਯਾਰ ਬਣਾ ਲਓ ਟੋਸਟਰ ਵੇਖੋ ਆ ਦੇਖੋ ਮਿਕਸ ਲਿਆ ਫੇ ਲੂਣ ਮਿਰਚ ਵੀ ਚਾਹੀਦਾ ਰੱਜ ਰਾਤ ਭਾਵੇਂ ਢਿੱਡ ਦੁਖਣ ਲੱਗ ਪਵੇ ਆਪਣਾ ਹੈ ਕੋਈ ਬਾਤ ਨਹੀਂ ਬ్రో ਇੱਕ ਦਿਨ ਦਾ ਕੁਝ ਨਹੀਂ ਹੁੰਦਾ ਰੱਜ ਤੇਰਾ ਉਦੋਂ ਦੁਖਿਆ ਸੀ ਢਿੱਡ ਤੇ ਤੂੰ ਮੈਨੂੰ ਲੈ ਜੀ ਡਾਕਟਰ ਦੇ ਡਾਕਟਰ ਰਾਤ ਨੂੰ ਨਹੀਂ ਮਿਲਣਾ ਬਾਅਦ ਚ ਉਹੋ ਜਿਹਾ ਕੰਮ ਹੁੰਦਾ ਹੀ ਚਲੋ ਗਾਇਸ ਆਪਾਂ ਹੁਣ ਵੀਡੀਓ ਦਾ ਐਂਡ ਕਰ ਦਿੱਕੇ ਆਪਾਂ ਮਿਲਾਂਗੇ ਅਗਲੀ ਵੀਡੀਓ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਦੂਜਾ ਕੀ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਜਸ ਹਾਂਡਾ ਲਾਪ੍ਰੀਤ ਦਾ ਲਾਪ੍ਰੀ ਸਿੰਘ ਹਾਂਡਾ ਤੇ ਓਕੇ ਬਾਏ।